ਨਹੀਂ ਹੁੰਦਾ ਖੱਚਰ ਇਹਦੇ ਨਾਲੋਂ ਛੋਟਾ ਤੇ ਗਧੇ ਨਾਲੋਂ ਬੜਾ ਤੇ ਰੰਗ ਬੁਰਾਕ ਦਾ ਏ ਜਿਵੇਂ ਦੁੱਧ ਦਾ ਰੰਗ ਦੁੱਧ ਵੇਖਿਆ ਨੀ ਕਦੇ ਸਾਡੇ ਪਾਸੇ ਦੁੱਧ ਦਾ ਰੰਗ ਸਫੈਦ ਸਾਡੇ ਪਾਸੇ ਪਰ ਕਦੇ ਕਦੇ ਨੀਲੀ ਲਹਿਰ ਮਾਰਦਾ ਹੈ ਸਾਡੇ ਪਾਸੇ ਵੀ ਨੀਲੀ ਲਹਿਰ ਕਿਉਂ ਮਾਰਦਾ ਦੁੱਧ ਆਪੇ ਹੁਣ ਆਦਾ ਕੰਮ ਆਪੇ ਦੱਸੀ ਆਨੇ ਅੱਗੇ ਪੀਰ ਅਜ਼ਹਰ ਸ਼ਾਹ ਇਹ ਪਾਣੀ ਗੱਤਾ ਹੈ ਪਾਣੀ ਬਾਪੜ ਮਾਸ਼ਾਲਾ ਕਈਆਂ ਦੇ ਦੁੱਧ ਤਾਂ ਨਾ ਥੋੜੀ ਥੋੜੀ ਨੀਲੀ ਲਹਿਰ ਮਾਰ ਦਿੱਤੀ ਕਈਆਂ ਦੇ ਤਾਂ ਨੀਲੀ ਲਹਿਰ ਹੀ ਗੱਟਾ ਬਣ ਤੇ ਆਈ ਚੰਗਾ ਤਸੱਲੀ ਨਾ ਇਹ ਸ਼ਾਬਾਸ਼ ਇਹ ਦੁੱਧ ਦੇ ਜਿਹੜਾ ਸਾਰਾ ਪਾਣੀ ਸਮਾ ਜਾਂਦਾ ਕਰ ਜਿੰਨੇ ਮਿਲਾਵਟ ਕੀਤੀ ਭਾਵੇਂ ਦੁੱਧ ਵਿੱਚ ਕੀਤੀ ਤੇ ਭਾਵੇਂ ਨਰਮੇ ਦੀ ਟਰਾਲੀ ਉੱਤੇ ਪਾਣੀ ਛਿੜਕਿਆ ਤੇ ਭਾਵੇਂ ਰੇਤਾ ਵਿੱਚ ਰਲਾਇਆ ਤੇ ਭਾਵੇਂ ਮਰਚਾਂ ਵਿੱਚ ਅਦਰਕ ਰਗੜ ਦੇ ਔਰ ਜਿਸਨੇ ਮਿਲਾਵਟ ਕੀਤੀ ਕਮਲੀ ਵਾਲੇ ਦਾ ਫਰਮਾਨ ਏ ਉਹਦਾ ਸ਼ੁਮਾਰ ਮੈਂ ਮੁਹੰਮਦ ਦੀ ਉਮਤ ਵਿੱਚ ਨਹੀਂ ਹੋਵੇਗਾ ਤੋਬਾ ਕਰ ਹੁਣ ਵਕਤ ਹੀ ਨਿਰਾ ਮਿਲਾਦ ਦੀਆਂ ਦੇਗਾਂ ਦੇ ਰੜੇ ਕੱਢੀ ਖੜਾ ਖਾ ਲੰਗਰ ਪਰ ਤੋਬਾ ਕਰ ਹਰ ਗੁਨਾਹ ਤੂੰ ਕੀ ਮੂੰਹ ਵਿਖਾ ਸੇ ਇੱਥੇ ਤਾਂ ਤੇਰੇ ਅਹਿਮਤ ਪਰਦਾ ਪੀਆ ਖੜਾ ਹੈ ਤੇ ਅਗਾਂ ਤਾਂ ਪਾਈ ਪਾਈ ਦਾ ਇਸ਼ਾਰ ਹੋ ਜਾ ਸੀ ਯਾ ਅੱਲਾ ਬੁਰਾਕ ਲੈ ਜਾਵਾਂ ਫਰਮਾਇਆ ਜਾ ਲੈ ਜਾ ਬੁਰਾਕ ਅਸਤਬਲ ਵਿੱਚ ਆਇਆ ਸੈਯਦਨਾ ਜਿਬਰਾਈਲ ਅਲੈਹ ਸਲਾਮ ਵੇਖਿਆ ਤੇ ਸਾਰੇ ਬੁਰਾਕ ਖੁਸ਼ ਖੁਸ਼ ਫਿਰਦੇ ਨੇ ਆਪਨੇ ਪੁੱਛਿਆ ਹੈ ਅੱਜ ਬੜੇ ਖੁਸ਼ ਫਿਰਦੇ ਨੇ ਸੈਯਦ ਜਿਬਰਾਈਲ ਅਲੈਹ ਸਲਾਮ ਬੋਲੇ ਆਜ ਮੁਹੰਮਦ ਕੋ ਮਹਿਮਾਨ ਬਣਾਇਆ ਜਾ ਰਹਾ ਹੈ ਅੱਜ ਹਜ਼ੂਰ ਪਿਆ ਅੱਜ ਅੱਲਾ ਦਾ ਮਹਬੂਬ ਆ ਰਿਹਾ ਅਰਸ਼ਾਂ ਤੇ ਸਾਰਾ ਨਿਜ਼ਾਮ ਤਾਂ ਬਦਲੀਦਗੀ ਹੈ ਰਸਤੇ ਸਾਜ ਗਏ ਕੋਈ ਆਉਂਦਾ ਜਬਰੀਲ ਮੈਨੂੰ ਲੈ ਜਾ ਕੋਈ ਬੁਰਾਕ ਆਉਂਦਾ ਮੈਨੂੰ ਲੈ ਜਾ ਇੱਕ ਆਉਂਦਾ ਮੈਨੂੰ ਲੈ ਯਾ ਅੱਲਾ ਕਿਹੜੇ ਨੂੰ ਲਿਆਵਾਂ ਫਰਮਾਇਆ ਆ ਨੁੱਕਰ ਚ ਵੇਖ ਇੱਕ ਉੱਥੇ ਵੀ ਖੜਾ ਹੀ ਉਹਨੂੰ ਤਾਂ ਵੇਖ ਜਦੋਂ ਉਧਰ ਵੇਖਿਆ ਉਸ ਬੁਰਾਕ ਨੇ ਗਰਦਨ ਝੁਕਾਈ ਏ ਅੱਖਾਂ ਵਿੱਚ ਆਂਸੂ ਜਾਰੀ ਨੇ ਤੇ ਸੈਯਦਨਾ ਜਿਬਰਾਈਲ ਅਲੈਹ ਸਲਾਮ ਨੇ ਫਰਮਾਇਆ ਓਏ ਬੁਰਾਕ ਬਾਕੀ ਸਾਰੇ ਕੁਛ ਫਿਰਦੇ ਨੇ ਤੂੰ ਕਿਉਂ ਰੋਂਦਾ ਕਹਿ ਲੱਗਾ ਹਰ ਇੱਕ ਦਾ ਆਪਣਾ ਆਪਣਾ ਅੰਦਾਜ਼ ਏ ਕੋਈ ਹੱਸ ਤੇ ਯਾਰ ਮਨਾਉਂਦਾ ਹੈ ਕੋਈ ਰੋ ਤੇ ਯਾਰ ਮਨਾਉਂਦਾ ਹੈ ਜਿਬਰੀਲ ਮੈਂ ਅੱਜ ਦਾ ਨਹੀਂ ਰੋਣ ਲੱਗਾ ਮੈਨੂੰ ਅਰਸਾ ਗੁਜ਼ਰ ਗਿਆ ਮੈਂ ਸੁਣਿਆ ਸੀ ਕਿ ਇੱਕ ਰਾਤ ਐਸੀ ਆਉਣ ਵਾਲੀ ਏ ਕਿ ਉਸ ਰਾਤ ਅੱਲਾ ਦਾ ਮਹਬੂਬ ਅਰਸ਼ਾਂ ਤੇ ਆਏਗਾ ਤੇ ਇੱਕ ਬੁਰਾਕ ਸਵਾਰੀ ਲਈ ਜਾਏਗਾ ਜਿਬਰੀਲ ਮੈਂ ਤੇ ਉਦੋਂ ਦਾ ਕਮਲੀ ਵਾਲੇ ਦੀ ਮੁਹੱਬਤ ਚ ਰੋਈ ਜਾਣਾ ਮੈਂ ਤੇ ਉਦੋਂ ਦਾ ਦੁਆਈ ਕਰਨਾ ਕਿ ਯਾ ਅੱਲਾ ਜਦੋਂ ਰਾਤ ਆਵੇ ਕਿਹਦੀ ਮੁਹੱਬਤ ਚ ਰੋਂਦਾ ਹਜ਼ੂਰ ਦੀ ਮੁਹੱਬਤ
ਤਾਂ ਤਾਂ ਮੀਆਂ ਸਾਹਿਬ ਬੋਲੇ ਆ ਫਰਮਾਉਂਦੇ ਨੇ ਇਸ਼ਕ ਜਿਨਾ ਤੇਰਾ ਰਾਖੀ ਵਾਲਾ ਕੁੱਤਾ ਹੀ ਜਿਹੜਾ ਬਾਹਰ ਪਰਾਲੀ ਤੇ ਬੈਠਾ ਆ ਐਵੇਂ ਨਹੀਂ ਐਵੇਂ ਨੰਗੀ ਜ਼ਮੀਨ ਤੇ ਬੈਠਾ ਪਰ ਤੇਰਾ ਬੂਹਾ ਛੱਡ ਦੇ ਨਹੀਂ ਜਾਂਦਾ ਯਾਰਾ ਇਹ ਕੁੱਤਾ ਜਿਸ ਬੂਹੇ ਤੇ ਆਵੇ ਬੂਹਾ ਨਹੀਂ ਛੱਡਦਾ ਰੋਟੀ ਮਿਲੇ ਤਾਂ ਵੀ ਨਾ ਮਿਲੇ ਤਾਂ ਵੀ ਮਾਲਕ ਦਾ ਦਰ ਨਹੀਂ ਛੱਡਦਾ ਤੂੰ ਇਨਸਾਨ ਏ ਤੈਨੂੰ ਨੇਮਤਾਂ ਮੇਰੇ ਰੱਬ ਨੇ ਦਿੱਤੀਆਂ ਨੇ ਆ ਮੇਰੇ ਰੱਬ ਦਾ ਦਰਵਾਜ਼ਾ ਨਾ ਛੋ ਦੁੱਖ ਦੇਵੇ ਤਾਂ ਵੀ ਰਾਜ਼ੀਆਂ ਸੁੱਖ ਦੇਵੇ ਤਾਂ ਵੀ ਰਾਜ਼ੀਆਂ ਯਾ ਅੱਲਾ ਮੈਂ ਕਿਨੂੰ ਲੈ ਆਵਾਂ ਅੱਲਾ ਤਾਲਾ ਨੇ ਫਰਮਾਇਆ ਜਿਬਰੀਲ ਜਿਹੜਾ ਰੋਇਆ ਉਸ ਦਾ ਕੰਮ ਹੋਇਆ ਇਹ ਜਿਹੜਾ ਮੇਰੇ ਮਹਿਬੂਬ ਦੀ ਮੁਹੱਬਤ ਚ ਰੋ ਰਹੀ ਹੈ ਇਹਨੂੰ ਲੈ ਆ ਹਿਜਰ ਇਲਾ ਰਹਿਮਤ ਅਲ ਆਲਮੀਨ
ਮਲਕਤ ਨੇ ਲਗਵਾਏ ਵੱਡੀਆਂ ਵੱਡੀਆਂ ਫਲੈਕਸਾਂ ਪਹਿਲੇ ਆਸਮਾਨ ਤੇ ਵੀ ਦੂਏ ਤੇ ਵੀ ਤ੍ਰੀਏ ਤੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਤੇ ਸੱਤਾ ਆਸਮਾਨ ਜਿੱਥੋਂ ਯਾਰ ਨੇ ਲੰਘਣਾ ਯਾਲਾ ਮੜਾਉਣ ਲੈ ਆਵਾਂ ਸਾਰੇ ਇੰਤਜ਼ਾਮ ਹੋ ਗਏ ਪਰ ਮੈਂ ਗੱਲ ਸੁਣ ਮਹਿਬੂਬ ਮੇਰਾ ਆਰਾਮ ਕਿਆ ਕਰਦਾ ਮੇਰਾ ਮਹਿਬੂਬ ਆਰਾਮ ਫਰਮਾ ਰਹੀ ਹੈ ਉਮੇ ਹਾਜੀ ਦੇ ਘਰ ਤੂੰ ਸਾਧ ਨਾ ਮਾਰੀ ਦਰਵਾਜ਼ੇ ਤੇ ਦਸਤਕ ਵੀ ਨਾ ਦੇਵੀ ਯਾਲਾ ਤੇ ਫਿਰ ਕਿਵੇਂ ਉਠਾਵਾਂ ਪਰ ਮੈਂ ਜਿਸ ਕਮਰੇ ਵਿੱਚ ਆਰਾਮ ਫਰਮਾਉਂਦਾ ਉਹਦੀ ਛੱਤ ਨੂੰ ਸੁਰਾਖ ਕਰ ਦੇ ਸੁਰਾਖ ਕਰ ਤੇ ਅੰਦਰ ਦਾਖਲ ਅੰਦਰ ਦਾਖਲ ਯਾ ਅੱਲਾ ਹੁਣ ਹੱਥ ਲਾਵ ਤੁਸੀਂ ਤਾਂ ਦੱਸੋ ਬਲਾ ਸੁੱਤੇ ਬੰਦੇ ਨੂੰ ਆਪਾਂ ਕਿਵੇਂ ਉਠਾਉਂਦੇ ਹਾਂ ਡਰ ਗਏ ਅਸੀਂ ਪਤਾ ਕਿਵੇਂ ਉਠਾਉਂਦੇ ਅਸੀਂ ਨਾ ਕੋਲ ਲੱਗੇ ਗਏ ਕਮਲੀ ਵਾਲਾ ਆਰਾਮ ਫਰਮਾ ਰਹੀ ਹੈ ਸੁਣੋ ਮੇਰੇ ਨਬੀ ਦਾ ਆਰਾਮ ਫਰਮਾਣਾ ਫਰਮਾਇਆ ਮੇਰੀਆਂ ਅੱਖਾਂ ਸੌਂਦੀਆਂ ਨੇ ਪਰ ਮੈਂ ਮੁਹੰਮਦ ਦਾ ਦਿਲ ਜਾਗਦਾ ਰਹਿੰਦਾ ਹੈ ਯਾ ਅੱਲਾ ਕਿਵੇਂ ਉਠਾਵਾ ਫਰਮਾਇਆ ਤੈਨੂੰ ਇਹ ਵੀ ਤਰੀਕਾ ਦੱਸਣੇ ਅਈ ਆ ਪਵਾਂਦੀ ਵਾਲੇ ਪਾਸੇ ਮੇਰੇ ਯਾਰ ਦੇ ਕਦਮਾਂ ਵਾਲੇ ਪਾਸੇ ਆ ਜਿਬਰੀਲ ਉਧਰ ਆ ਗਿਆ ਫਰਮਾਇਆ ਕਬਲ ਕਦਮ ਆਈ ਜਿਬਰੀਲ ਮੇਰੇ ਯਾਰ ਦੀਆਂ ਤਲੀਆਂ ਚੁੰਮ ਲੈ ਤੇਰੇ ਹੋਠ ਇਸੇ ਰਾਤ ਵਾਸਤੇ ਤੇ ਬਣਾਏ ਸੀ ਕਫੂਰ ਦੇ ਹੋਠ ਹੋਠ ਕਫੂਰ ਦੇ ਜਿਬਰੀਲ ਮੈਂ ਕਿਹਾ ਸੁਣਾ ਕੀ ਲੱਜ਼ਤ ਆਈ ਤਲੀਆਂ ਚ ਚੁੰਮੀਆਂ ਨੀ ਤੇ ਕੀ ਲੱਜ਼ਤ ਆਈ ਅੰਦਲ ਜੱਲਤ ਨਾ ਜੱਲਤ ਕੀ ਕਲੀਓਂ ਮੇਂ ਦੇਖਾ ਨਾ ਜੱਲਤ ਨਾ ਜੱਲਤ ਕੀ ਕਲੀਓਂ ਸਰਕਾਰ ਨੇ ਜਿਸਨੇ ਵਜ਼ੂ ਫਰਮਾਇਆ ਵਜ਼ੂ ਫਰਮਾਇਆ ਵਜ਼ੂ ਫਰਮਾਇਆ ਸਰਕਾਰ ਨੇ ਇਹ ਜਿਹੜਾ ਵਜ਼ੂ ਵਾਲਾ ਪਾਣੀ ਆਣਾ ਵਜ਼ੂ ਵਾਲਾ ਪਾਣੀ ਅੱਲਾ ਨੇ ਫਰਮਾਇਆ ਜਿਬਰੀਲ ਥੱਲੇ ਨਾ ਡਿੱਗਣ ਦੇ ਇਹ ਮੇਰੇ ਯਾਰ ਦੇ ਵਜ਼ੂ ਵਾਲਾ ਪਾਣੀ ਅੱਲਾ ਕੇ ਮੁਸਤਮਲ ਪਾਣੀ ਹੈ ਅਸੀਂ ਜਦੋਂ ਵਜ਼ੂ ਕਰਦੇ ਹੁੰਦੇ ਨੇ ਕਦੇ ਨਾ ਕਦੇ ਤਾਂ ਕਰਦੇ ਹੀ ਰੋਜ਼ਾਨਾ ਨਹੀਂ ਟਾਈਮ ਲੱਗਦਾ ਹਫਤੇ ਵਿੱਚ ਵੀ ਕਈਆਂ ਦਾ ਨਹੀਂ ਟਾਈਮ ਲੱਗਦਾ ਕਦੇ ਮਹੀਨੇ ਤੋਂ ਬਾਅਦ ਨਹੀਂ ਈਦ ਤਾਂ ਮੁੜ ਦੂਰ ਇਹਨੇ ਵਿੱਚ ਕਈ ਟਾਈਮ ਲੱਗ ਜਾਂਦਾ ਹੈ ਜਨਾਜ਼ੇ ਨਾਲ ਲੜਨਾ ਹੋਵੇ ਓ ਅੱਲਾ ਦੀਨ ਦੀ ਸਮਝ ਸਾਫ ਫਰਮਾਇਆ ਵਜ਼ੂ ਥੱਲੇ ਵਜ਼ੂ ਵਾਲਾ ਪਾਣੀ ਥੱਲੇ ਨਾ ਡਿੱਗਣ ਦੇ ਜਮਾ ਕਰ ਲਿਆ ਯਾ ਅੱਲਾ ਹੁਣ ਕੀ ਕਰਾਂ ਫਰਮਾਇਆ ਜੰਨਤ ਦੇ ਦਰਬਾਨ ਫਰਿਸ਼ਤੇ ਨੂੰ ਦੇ ਦੇ ਉਹਨੇ ਲੈ ਲਿਆ ਯਾ ਅੱਲਾ ਕਿੱਥੇ ਰੱਖਾਂ ਫਰਮਾਇਆ ਜੰਨਤ ਦੀਆਂ ਹੂਰਾਂ ਨੂੰ ਦੇ ਹੂਰਾਂ ਨੇ ਲੈ ਲਿਆ ਯਾ ਅੱਲਾ ਪਾਣੀ ਫਰਮਾਇਆ ਮੇਰੇ ਯਾਰ ਦੇ ਵਜ਼ੂ ਵਾਲਾ ਪਾਣੀ ਹੈ ਇਹਦੇ ਨਾਲ ਮੂੰਹ ਧੋ ਲਓ ਤੁਹਾਡਾ ਹੁਸਨ ਵੱਧ ਜਾਂਦੀ ਆ ਜਿੱਥੇ ਵਜ਼ੂ ਵਾਲਾ ਪਾਣੀ ਹੂਰਾਂ ਦਾ ਹੁਸਨ ਵਧਾਵੇ ਗੌਰ ਤਾਂ ਕਰੋ ਨਬੀ ਆਪ ਕਿੱਡਾ ਸੋਹਣਾ ਸੀ ਸਰਕਾਰ ਤਿਆਰ ਹੋ ਗਿਆ ਆਖਰੀ ਬਾਤ ਕਰਨ ਲੱਗਾ ਦੂਲਾ ਤਿਆਰ ਹੋਇਆ ਕਾਇਨਾਤ ਦਾ ਦੂਲਾ ਸੁਭਾਨ ਅੱਲਾਹ ਸੁਭਾਨ
बरात की शक्ल बनी खड़ी। बराती कौन है? फरिश्ते। ते दूल्हा कौन है? मुहम्मद मुस्तफा। वटना मारना अडांट डूंट कट दिया। अच्छा जेड़े होने वाले इन्हों पता कौन उस खारे का आ जे होने वाली चुड़की पालती ना मैं तो थोड़ा थोड़ा संभाल मैं तो छोटे ने इन्हों पता होने वाले टमाटर तरह रत्ती बूथी करते आप ही आए नहीं जिम्मे टमाटर रत्ता ला ये नाइया को ब्यूटी पार्लर च डेंटंग पेंटंग करा दिया घर आ तू भी नहीं से आप दा। नहीं जी मैं सेब खा खाते ना खून पे नहीं पता भी इनकी चमड़ी लत्ती अगे लाड़ा नू। अच्छा जी लाड़ा तैयार हो जाता खुस्सा गत्ती कड़ा है ते कपड़े सूट गत्ती कड़ा है उसने कहा सत्य मामे कि गए एवं गल नहीं भला कई चूड़िया तो कई आ करी हाले ठोकरे जो भी लाए तो करो नहीं पीर जी मामे सदो मतलब भाई लाड़ा वेरा खड़ा है ये मनवान है अज जेड़ी इन्हे मनवाई मननी पौती मुड़ किसी आगे जा तेरे लंडी मैं दिती बावे उन्हों मरी नू दो साल एक करी बड़ावे नाल ना उन ला लेने चाइना ला सकूटर थे साथी हालत है होई पई के ये घर दा कोई हाजी जांदा रवे ना हाजी उम्रे थे बंदा पिछले टेलीफोन की थी कर बाबा मेरे जो क्या बोला की लिया से पुत्र ले आसा पुत्र ले आसा। अरे बाबा टोपी चाहते ना उड़ावी तस्वीर मैं नहीं लैनी ना जा नमाज लैनी है जे और बच्चा की हूं तू की आना है अगर तेरे नाल बाबा दर्शा है ना ते वो नू तू आख दे भी और तेनू ले देसी पैसे तो आप ही लगने की पैसे एक बारी खुले कराए बुढ़े का दिल खबर हजार दे भी रियाल बढ़िंदे बाबी मेरे वास्ते रब दे घर च दुआ कर मेरे आस्ते रब दे घर च दुआ करी पर इहदे नाल सरदा नहीं हुण दूल्हा बनाए कायनात दा वाली आमीना दा लाल ते दूल्हे दी गल मनींदी है जेड़ी भी मनवावे जेड़ा भी जेड़े कल आवे ओह मनना पौंदा हुण सरकार ने की फरमाया एवें नहीं बुराक ते सवार अज मेरे लिए ते बुराक सवारी आई है ते मैं आना रब मेरे नाल विवादा करे जिवे अज मेरी सवारी दा इंतजाम है एवें जदों कियामत वाले दिन मेरी उम्मत पुलिस रात तो गुजरे मेरी उम्मत दी सवारी दा भी इंतजाम होवे अल्लाह ने वादा फरमाया सोहणिया तेरी
ਜਿਬਰੀਲ ਪਰ ਵਿਛਾਵੇਗਾ ਹਜ਼ੂਰ ਦੁਆ ਕਰ ਸਰਕਾਰ ਕੋਲ ਖੜੇ ਹੋ ਸਮਝ ਉਮਤ ਲੰਘਣੀ ਨਾ ਸਦਕੇ ਜਾਵਾ ਕਾਇਨਾਤ ਦੇ ਵਾਲੀ ਏਡਾ ਪਿਆਰ ਹੈ ਯਾਰ ਹਜ਼ੂਰ ਨੂੰ ਤੇਰੇ ਨਾਲ ਮਾਂ ਬਾਪ ਸਾਥ ਛੱਡ ਜਾਂਦੇ ਨੀ ਪਰ ਮਦੀਨੇ ਵਾਲਾ ਸਾਥ ਗੁਲਾਮਾਂ ਦਾ ਨਾ ਰਿਸ਼ਤੇ ਜ਼ਰੂਰੀ ਨੇ ਨਾ ਰਿਸ਼ਤੇ ਜ਼ਰੂਰੀ ਨੇ ਨਾ ਆ ਬਸ ਆਖਰੀ ਸ਼ੇਰ ਹੈ ਤਾਂ ਮੇਰੇ ਨਾਲ ਰਲ ਕੇ ਪੜ ਲਓ ਦੁਆ ਮੰਗ 20 ਮਿੰਟ ਲਾ ਦਿਓ ਹੋਰ ਕੀ ਹੋ ਗਿਆ ਬਾਬਾ ਜੀ 20 ਮਿੰਟ ਹੋਰ ਲਾ ਦਿਓ 20 ਮਿੰਟ ਹੋਰ ਹਾਂਜੀ ਮਿਹਰਬਾਨੀ ਕਰ ਦਿਓ ਨਾ ਰਿਸ਼ਤੇ ਜ਼ਰੂਰੀ ਨੇ ਨਾ ਰਿਸ਼ਤੇ ਜ਼ਰੂਰੀ ਨੇ ਨਾ ਯਾਰ ਜ਼ਰੂਰੀ ਨੇ ਨਾ ਰਿਸ਼ਤੇ ਜਵਾਬ ਦੇਸੀ ਪਰ ਇੱਕ ਹਸਤੀ ਹੈ ਜਦੋਂ ਕਿਸੇ ਵੀ ਨਹੀਂ ਨਾ ਸੁਣਨੀ ਉਦੋਂ ਗੁਨੇਗਾਰਾਂ ਦੀ ਉਹਨੇ ਸੁਣਨੀ ਕਿਆਮਤ ਵਾਲੇ ਦੇ ਉਹ ਕਿਸ ਨੇ ਸੁਣਨੀ ਹੈ ਆਮੀਨਾ ਦੇ ਨਾਲ ਆਏ ਗੁਨੇਗਾਰੋ ਜਦੋਂ ਕੋਈ ਸਹਾਰਾ ਨਜ਼ਰ ਨਹੀਂ ਆਉਣਾ ਜਦੋਂ ਕੋਈ ਤੇਰੀ ਬਾਂਹ ਪਕੜਨ ਵਾਲਾ ਨਹੀਂ ਏ ਉਦੋਂ ਤੇਰੀ ਬਾਂਹ ਆਮੀਨਾ ਦੇ ਲਾਲ ਨੇ ਪਕੜਨੀ ਏ ਕਿਉਂਕਿ ਸਰਕਾਰ ਨੇ ਫਰਮਾਨ ਮੇਰੀ ਸ਼ਫਾਤ ਮੇਰੀ ਉਮਤ ਦੇ ਵੱਡੇ ਵੱਡੇ ਗੁਨਹਗਾਰਾਂ ਵਾਸਤੇ ਗੁਨਹਗਾਰਾਂ ਨੂੰ ਹਜ਼ੂਰ ਨੇ ਸ਼ਫਾਤ ਸ਼ਫਾਤ ਹੈ ਹੀ ਗੁਨਹਗਾਰਾਂ ਵਾਸਤੇ ਨੇਕ ਤੋਂ ਨੇਕੀਆਂ ਨਾਲ ਬਖਸ਼ੇ ਜਾਣੇ ਹਜ਼ੂਰ ਦੀ ਸ਼ਫਾਤ ਹੈ ਹੀ ਗੁਨਹਗਾਰਾਂ ਵਾਸਤੇ ਸੁਭਾਨ ਅੱਲਾਹ ਸੁਭਾਨ ਖੁਦਾ ਆਪਣੇ ਨਬੀ ਨਾਲ ਤਲਕ ਜੋੜ ਆਪਣੇ ਲਜਪਾਲ ਨਬੀ ਨਾਲ ਨਾਤਾ ਜੋੜ ਹਜ਼ੂਰ ਦਾ ਪੱਕਾ ਤੇ ਸੱਚਾ ਗੁਲਾਮ ਬਣ ਜਾ ਮੇਰੇ ਨਬੀ ਦੇ ਨਕਸ਼ੇ ਕਦਮ ਤੇ ਚੱਲ ਲਗਾ ਦਕਾ ਸਰਕਾਰ ਦੀ ਜ਼ਿੰਦਗੀ ਬੇਹਤਰੀਨ ਨਮੂਨਾ ਤੇ ਸਭ ਲਈ ਨਮੂਨਾ ਹੈ ਯਾਰ ਮੇਰੇ ਨਬੀ ਦੀ ਜ਼ਿੰਦਗੀ ਕਦੋਂ ਨਮੂਨਾ ਹੈ ਤੇ ਆ ਹਜ਼ੂਰ ਦੀ ਜ਼ਿੰਦਗੀ ਦੇ ਮੁਤਾਬਕ ਜ਼ਿੰਦਗੀ ਬਣਾ ਲੈ ਤੇਰੀ ਕਬਰ ਵੀ ਸੋਹਣੀ ਤੇਰਾ ਹਸ਼ਰ ਵੀ ਸੋਹਣਾ ਜਦੋਂ ਮਾਂ ਜਵਾਬ ਦੇ ਸੀ ਸਾਰੇ ਲੋਕ ਤੰਗੀ ਦੇ ਆਲਮ ਵਿੱਚ ਬੜੇ ਪਰੇਸ਼ਾਨ ਸਵਾ ਨੇਜ਼ੇ ਤੇ ਸੂਰਜ ਤਾਂਬੜੇ ਦੀ ਜ਼ਮੀਨ ਬੜੀ ਮੁਸ਼ਕਲ ਚ ਕਿ ਹੁਣ ਹੁਣ ਕੀ ਬਣਾ ਸਾਰੇ ਇਕੱਠਿਆਂ ਤੇ ਆ ਜਾਣੇ ਆਦਮ ਅਲੈਹਿਸਲਾਮ ਦੇ ਕੋਲ
سرکار تسی اول بشر ہو آپ نے فرمانا کی بنیا نے سرکار تسی رب نال گل کر لو جو دے حساب لے لوے بڑی مشکل چ آپ نے فرمانا اذهبوا الى غيري جاؤ کسی اور کول اج میں نہیں گل کر سکدا رب بڑے جلال چ نوح علیہ السلام بھی جواب دے سن موسی علیہ السلام بھی جواب دے دین گے تاکہ سارے نبی جواب دے سن عیسیٰ علیہ السلام نے آپ نے فرمانا پیرو تانوں میں دسنا اج گل تو میں بھی نہیں کر سکتا پر تانوں بوہا دس دینا اس بوہے تے ٹر جاؤ یا اج رب نال گل کر سکتا ہے تے محمد مصطفیٰ ہی گل کر سکتا ہے صلی اللہ علیہ وسلم جدو آنا نا سرکار کول جدو آنا نا سرکار کول جدو آنا نا سرکار کول اسی عرض کرنی ہے تے کیویں عرض کرنی ہے اسی آتے عرض کرنی ہے غین غور حضور ضرور کرنا جدو کسے بھی بوئے تو نانا گال بنے تے بوہا مڑ لب پوے بھی ایس بوئے تو گال بنے تے مڑ بندہ گھنی آج نہیں کرتا ہے غین غور حضور ضرور کرنا ساڈے کر لے دے ہتھاں جوڑیا دی ڈگیا بیمار ہاں در تیرے ماری ہوئی تھکیا تھوڑیا دی ساڈے سرکار نے سجدے وچ سر رکھ دینے زلفاں کھل جانیاں آواز آئے گی عرف راس یا محمد سونے سر چک تے منگتا سہی اسی عطا کرنے سونے مانگ تو صحیح اسی دینے سجدے وچ سر چک لے محبوبا اچھا جدو مشکل حل ہو جانی تو مڑ بندہ جا شکریہ بھی تو ادا کرتا ہے دنیا داری وچ جیڑا کسے نال کسے دا تعلق ہوے سیاسی پارٹی نال بھی ان دے کام آ جاوے تو مڑ وہ بندہ مڑ جا ہوندا شکریہ ادا کرتا ہے بھائی میاں جی بڑی مہربانی تیری تے جدو ساڈی مشکل حل ہونی ہے تے قیامت والی ایڈی وڈی مشکل حل ہونی ہے تے اسی سرکار دا شکریہ ادا کرنا ہے تے اسی جا تے کیویں عرض کرنی ہے مہربانا گل بننی حضور دے صدقے
آج نبی پاک نال محبت پکی تے سچی کر، نماز دی پابندی کر، جھوٹ چگل خوری تو توبہ کر۔ اللہ تعالی میں نکمے جے بندے دی حاضری قبول فرمائے۔ آمین تے خصوصی دعا کر سو، میں اس لیے پتہ کیوں کیا کہ میں اجازت لینا، اودی وجہ ہے، سنو میں دس دینا۔ میرے والدہ صاحبہ بیمار ہیں اور اس ٹائم انہوں نے بہاول نگر لے آئے، تو میں جو جانا ہے تو گڈی تے اوتھے انتظار کر دے پے، میں انہوں نے لے کے کتے جانا ہے، تو اس لیے میں بڑی معذرت نال اگے بھی تانوں آکھا تے ہن بھی آکھنا، ورنہ تساں بڑا پیار کردے ہو میرے نال، میرے نال محبت رکھدے ہو، چاک علی شیر والے یہ بڑی محبت، لوگ میرے کو ٹیلی فون تے ٹائم نکال لیں، میں یہ بات نو سمجھنا، یہ چاک علی شیر والے جڑے نا یہ شوق نہ میرے کو آپ اتنے جاتے رہ اتنے جا کے بھی ٹائم لے آتے، تو یہ بھی میں سمجھنا بھی یہاں ایسا مان دعوا بھی ہوں بھی اِسی جانتے پے تو اِسی ایویں ویلا ہٹنا کو نہیں، ہاں جی جیویں بھی ہوگی نا، تو پھر وہ اِسی کوئی نہ کوئی صاحب آیا پروگرام میں بن گیا، ورنہ میرے کو ہونا اس ٹائم نا اپریل کی 9 تاریخ تک کوئی ڈیٹ خالی کو نہیں، یہ سارے لکھے ہوئے گڑا بھی ہوں بیٹھا پیا ہے، تو تے کول ہوں بھی آیا نا، یہ بھی ہوں پہلے تقریر کرتے آیا چاوے کے پنڈ تقریر آئی وہ کر کے تو فوراً اتوں گی بجائی کے اتنے تھوڑے کو آ گئے، ایویں سلسلہ چلتا پیا ہے۔ چلو میرے کو جتنا ہو سکے میری حاضری ہوگی، اللہ تعالیٰ قبول فرمائے، اور خصوصی دعا کر سو اللہ تعالیٰ میری والدہ صاحبہ نے بھی تندرستی عطا فرمائے، اور جتنے بیمار تھے تو بیٹھے نے سے بستی ہے اللہ انہوں نے شفا، آئے تھے مسلے بالکل سیر گلشن کر چلے، سنبھال مالی بھاگ اپنا ہم مسافر کر چلے، وما علینا الا البلاغ المبین۔ بھائی میں ایک دفعہ دعا منگا کے اجازت لے سکتا ہوں؟